ਟਰੱਕ ਅਤੇ ਕੈਂਟਰ ਦੀ ਹੋਈ ਜ਼ਬਰਦਸਤ ਟੱਕਰ। ਕੈਂਟਰ ਦੇ ਕੈਬਿਨ 'ਚ ਫਸ ਕੇ ਚਾਲਕ ਦੀ ਹੋ ਗਈ ਮੌਤ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਸੜਕ 'ਤੇ ਟਰੱਕ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਵਿੱਚ ਕੈਂਟਰ ਦਾ ਚਾਲਕ ਕੈਬਿਨ ਦੇ ਅੰਦਰ ਫਸ ਜਾਂਦਾ, ਜਿਸ ਤੋਂ ਬਾਅਦ ਇਹਨੂੰ ਬਾਹਰ ਜਦ ਕੱਢਿਆ ਗਿਆ ਤਾਂ ਇਸਦੀ ਮੌਤ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰੂਕਸ਼ੇਤਰ ਦੇ ਵਿੱਚ ਹੋਇਆ, ਜਿੱਥੇ ਟਰੱਕ ਰੋਪੜ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸਦਾ ਟਾਇਰ ਫਟ ਜਾਂਦਾ, ਜਿਸ ਤੋਂ ਬਾਅਦ ਜਦੋਂ ਚਾਲਕ ਦੇ ਵੱਲੋਂ ਗੱਡੀ ਸਾਈਡ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਇਸ ਨੂੰ ਟੱਕਰ ਮਾਰੀ। ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਦਾ ਚਾਲਕ ਹੁੰਦਾ ਉਹ ਕੈਬਿਨ ਦੇ ਅੰਦਰ ਫਸ ਜਾਂਦਾ, ਜਿਸ ਤੋਂ ਬਾਅਦ ਮੌਕੇ 'ਤੇ ਕਈ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਕੱਟਰ ਦੇ ਨਾਲ ਵੱਢ ਕੇ ਇਸ ਚਾਲਕ ਨੂੰ ਬਾਹਰ ਕੱਢਿਆ ਗਿਆ, ਪਰ ਉਸ ਸਮੇਂ ਇਸ ਦੀ ਮੌਤ ਹੋ ਗਈ ਸੀ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ, ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਇਆ, ਜਿੱਥੇ ਕੈਂਟਰ ਦੇ ਇਸ ਕੈਬਿਨ ਨੂੰ ਵੱਢ ਕੇ ਇਸ ਚਾਲਕ ਨੂੰ ਬਾਹਰ ਕੱਢਿਆ ਗਿਆ ਸੀ, ਪਰ ਉਨੇ ਸਮੇਂ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਇਹ ਹੋਇਆ ਤਾਂ ਟਾਇਰ ਫਟ ਗਿਆ ਤਾਂ ਜੀ ਇਸਮੇ, ਔਰ ਕਿਆ ਬੋਲਤੇ ਹੈ, ਹਲਕਾ ਬ੍ਰੇਕ ਲੈਣੇ ਕੀ ਵਜ੍ਹਾ ਸੇ ਪਿੱਛੇ ਵਾਲੀ ਗਾੜੀ ਘੁਸ ਗਈ। ਕਹਾਂ ਸੇ ਆ ਰਹੇ ਆਪ? ਮਹਾਰਾਸ਼ਟਰ ਸੇ ਆ ਰਹੇ ਜੀ। ਔਰ ਅੱਗੇ ਕਹਾਂ ਜਾਣਾ ਤਾ? ਰੋਪੜ। ਗਾੜੀ ਮੇਂ ਕਿਆ ਲੋਡ ਹੈ? ਪੇਪਰ ਲੋਡ। ਪੇਪਰ ਲੋਡ ਹੈ? ਹਾਂ। ਤੋ ਯਹਾਂ ਪਰ ਪਹੁੰਚੇ ਤੋ ਉਸਕਾ ਟਾਇਰ ਫਟ ਗਿਆ। ਹਾਂ। ਤੋ ਟਾਇਰ ਫਟਨੇ ਕੇ ਵਜ੍ਹਾ ਬਾਬ ਨੇ ਗਾੜੀ ਸਾਈਡ ਮੇਂ ਲਗਾਈ ਤੋ ਪਿੱਛੇ ਸੇ ਟੱਕਰ ਮਾਰੀ। ਹਾਂ, ਪਿੱਛੇ ਸੇ ਟੱਕਰ ਮਾਰੀ। ਤੋ ਤੇਜ਼ ਗਾੜੀ ਰਫਤਾਰ ਮੇਂ ਥੀ? ਰਫਤਾਰ ਮੇਂ ਥੀ। ਗਾੜੀ ਕੰਟਰੋਲ ਨਹੀਂ ਹੋਈ, ਰਫਤਾਰ ਮੇਂ ਥੀ ਉਸਕੀ ਗਾੜੀ। ਕਿੰਨੇ ਲੋਕ ਥੇ ਉਸਮੇਂ? ਏਕ ਹੀ, ਸਿੰਗਲ ਥੇ। ਕਿਤਨੇ ਵਜੇ ਕੀ ਬਾਤ ਹੈ? ਇਹ ਲਗਭਗ 12-1 ਵਜੇ ਕੀ ਬਾਤ ਹੈ, 12 ਵਜੇ ਲਗਭਗ। ਟਰੱਕ ਅਤੇ ਕੈਂਟਰ ਦੀ ਹੋਈ ਜ਼ਬਰਦਸਤ ਟੱਕਰ। ਕੈਂਟਰ ਦੇ ਕੈਬਿਨ 'ਚ ਫਸ ਕੇ ਚਾਲਕ ਦੀ ਹੋ ਗਈ ਮੌਤ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਸੜਕ 'ਤੇ ਟਰੱਕ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਵਿੱਚ ਕੈਂਟਰ ਦਾ ਚਾਲਕ ਕੈਬਿਨ ਦੇ ਅੰਦਰ ਫਸ ਜਾਂਦਾ, ਜਿਸ ਤੋਂ ਬਾਅਦ ਇਹਨੂੰ ਬਾਹਰ ਜਦ ਕੱਢਿਆ ਗਿਆ ਤਾਂ ਇਸਦੀ ਮੌਤ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰੂਕਸ਼ੇਤਰ ਦੇ ਵਿੱਚ ਹੋਇਆ, ਜਿੱਥੇ ਟਰੱਕ ਰੋਪੜ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸਦਾ ਟਾਇਰ ਫਟ ਜਾਂਦਾ, ਜਿਸ ਤੋਂ ਬਾਅਦ ਜਦੋਂ ਚਾਲਕ ਦੇ ਵੱਲੋਂ ਗੱਡੀ ਸਾਈਡ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਇਸ ਨੂੰ ਟੱਕਰ ਮਾਰੀ। ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਦਾ ਚਾਲਕ ਹੁੰਦਾ ਉਹ ਕੈਬਿਨ ਦੇ ਅੰਦਰ ਫਸ ਜਾਂਦਾ, ਜਿਸ ਤੋਂ ਬਾਅਦ ਮੌਕੇ 'ਤੇ ਕਈ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਕੱਟਰ ਦੇ ਨਾਲ ਵੱਢ ਕੇ ਇਸ ਚਾਲਕ ਨੂੰ ਬਾਹਰ ਕੱਢਿਆ ਗਿਆ, ਪਰ ਉਸ ਸਮੇਂ ਇਸ ਦੀ ਮੌਤ ਹੋ ਗਈ ਸੀ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ, ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਇਆ, ਜਿੱਥੇ ਕੈਂਟਰ ਦੇ ਇਸ ਕੈਬਿਨ ਨੂੰ ਵੱਢ ਕੇ ਇਸ ਚਾਲਕ ਨੂੰ ਬਾਹਰ ਕੱਢਿਆ ਗਿਆ ਸੀ, ਪਰ ਉਨੇ ਸਮੇਂ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਇਹ ਹੋਇਆ ਤਾਂ ਟਾਇਰ ਫਟ ਗਿਆ ਤਾਂ ਜੀ ਇਸਮੇ, ਔਰ ਕਿਆ ਬੋਲਤੇ ਹੈ, ਹਲਕਾ ਬ੍ਰੇਕ ਲੈਣੇ ਕੀ ਵਜ੍ਹਾ ਸੇ ਪਿੱਛੇ ਵਾਲੀ ਗਾੜੀ ਘੁਸ ਗਈ। ਕਹਾਂ ਸੇ ਆ ਰਹੇ ਆਪ? ਮਹਾਰਾਸ਼ਟਰ ਸੇ ਆ ਰਹੇ ਜੀ। ਔਰ ਅੱਗੇ ਕਹਾਂ ਜਾਣਾ ਤਾ? ਰੋਪੜ। ਗਾੜੀ ਮੇਂ ਕਿਆ ਲੋਡ ਹੈ? ਪੇਪਰ ਲੋਡ। ਪੇਪਰ ਲੋਡ ਹੈ? ਹਾਂ। ਤੋ ਯਹਾਂ ਪਰ ਪਹੁੰਚੇ ਤੋ ਉਸਕਾ ਟਾਇਰ ਫਟ ਗਿਆ। ਹਾਂ। ਤੋ ਟਾਇਰ ਫਟਨੇ ਕੇ ਵਜ੍ਹਾ ਬਾਬ ਨੇ ਗਾੜੀ ਸਾਈਡ ਮੇਂ ਲਗਾਈ ਤੋ ਪਿੱਛੇ ਸੇ ਟੱਕਰ ਮਾਰੀ। ਹਾਂ, ਪਿੱਛੇ ਸੇ ਟੱਕਰ ਮਾਰੀ। ਤੋ ਤੇਜ਼ ਗਾੜੀ ਰਫਤਾਰ ਮੇਂ ਥੀ? ਰਫਤਾਰ ਮੇਂ ਥੀ। ਗਾੜੀ ਕੰਟਰੋਲ ਨਹੀਂ ਹੋਈ, ਰਫਤਾਰ ਮੇਂ ਥੀ ਉਸਕੀ ਗਾੜੀ। ਕਿੰਨੇ ਲੋਕ ਥੇ ਉਸਮੇਂ? ਏਕ ਹੀ, ਸਿੰਗਲ ਥੇ। ਕਿਤਨੇ ਵਜੇ ਕੀ ਬਾਤ ਹੈ? ਇਹ ਲਗਭਗ 12-1 ਵਜੇ ਕੀ ਬਾਤ ਹੈ, 12 ਵਜੇ ਲਗਭਗ।